ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਬਲ ਦੇ ਅਧਿਕਾਰੀ ਤੇ ਜਵਾਨ ਪੂਰੀ ਤਰ੍ਹਾਂ ਵਚਨਬੱਧ ਨੇ। ਸਥਾਪਨਾ ਦਿਵਸ ਪਰੇਡ ਮਗਰੋਂ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਹੁਣ ਤੱਕ ਇਸ ਬਲ ਦੇ 1954 ਜਵਾਨਾਂ ਤੇ ਅਧਿਕਾਰੀਆਂ ਨੇ ਦੇਸ਼ ਖਾਤਰ ਆਪਣੀ ਜਾਨ ਵਾਰੀ ਏ। ਇੱਕ ਰਿਪੋਰਟ। ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ ਸਰਹੱਦ ਸਮੇਤ ਹੋਰ ਖੇਤਰਾਂ ਵਿੱਚ ਬਲ ਵੱਲੋਂ ਸੁਰੱਖਿਆ ਦੀ ਵਚਨਬੱਧਤਾ ਦੁਹਰਾਈ। ਆਜ ਤੱਕ 1954 ਹਮਾਰੇ ਜਵਾਨੋਂ ਔਰ ਅਫਸਰੋਂ ਨੇ ਦੇਸ਼ ਕੀ ਸੁਰੱਖਿਆ ਕੇ ਖਾਤਰ ਆਪਣੇ ਪ੍ਰਾਣੋਂ ਕੀ ਆਹੂਤੀ ਦੀ ਹੈ। ਉਨ੍ਹੀਂ ਕੀ ਯਾਦ ਮੇਂ ਔਰ ਆਪਣੇ ਆਪ ਕੋ ਇੱਕ ਵਾਰ ਪੁਨਃ ਕਮਿਟ ਕਰਤੇ ਹੋਏ ਕਿ ਇਸ ਦੇਸ਼ ਕੀ ਸੁਰੱਖਿਆ ਕੇ ਲੀਏ, ਇਸ ਕੀ ਅਖੰਡਤਾ ਕੇ ਲੀਏ ਔਰ ਇਸਕੀ ਸੰਪ੍ਰਭੁਤਾ ਕੋ ਏਕਜੁਟ ਬਣਾਏ ਰੱਖਣੇ ਕੇ ਲੀਏ ਹਮ ਸਮਸਤ BSF ਪਰਿਵਾਰਜਨ ਏਕ ਏਕ ਸਿਪਾਹੀ ਸੇ ਲੇਕਰ ਸਾਰੇ ਉੱਚ ਅਧਿਕਾਰੀ ਪੂਰੀ ਤਰ੍ਹਾਂ ਸੇ ਕਟਿਬੱਧ ਹੈ। ਉਹਨਾਂ ਲੋਕਾਂ ਨੂੰ ਸਮਾਜ ਵਿਰੋਧੀ ਅੰਸਰਾਂ ਤੇ ਨਕੇਲ ਕੱਸਣ ਲਈ ਲੋਕਾਂ ਨੂੰ ਬਲ ਨੂੰ ਸਹਿਯੋਗ ਦੇਣ ਲਈ ਆਖਿਆ। ਪੂਰੇ ਭਾਰਤ ਵਰਸ਼ ਕੇ ਲੋਕੋਂ ਸੇ ਮੈਂ ਯਹੀ ਅਪੇਕਸ਼ਾ ਕਰਤਾ ਹੂੰ ਕਿ ਜਹਾਂ ਵੀ BSF ਤੈਨਾਤ ਹੈ, ਬਾਰਡਰਸ ਪੇ ਤੈਨਾਤ ਹੈ, ਇੰਟਰਨਲ ਸਿਕਿਉਰਿਟੀ ਕੇ ਲਈ ਤੈਨਾਤ ਹੈ, ਆਪਸੇ ਜੋ ਕੁਛ ਵੀ ਬਨ ਪੜੇ ਕੋਈ ਆਸੂਚਨਾ ਇੰਟੈਲੀਜੈਂਸ ਕੇ ਤੌਰ ਪਰ ਗਲਤ ਤਰ੍ਹਾਂ ਕੇ ਲੋਗੋਂ ਜਾਂ ਪਦਾਰਥੋਂ ਕੀ ਆਵਕ ਜਾਵਕ ਕੇ ਸੰਬੰਧ ਮੇਂ ਯਦਿ ਆਪਕਾ ਸੂਚਨਾ ਹੋ ਤੋ ਹਮਕੋ ਬਤਾਏ ਤਾਂ ਕਿ ਹਮ ਹਮਾਰੇ ਹੱਥ ਔਰ ਮਜ਼ਬੂਤ ਹੋਂ ਔਰ ਦੇਸ਼ ਕੀ ਸੁਰੱਖਿਆ ਕਾ ਜੋ ਇੱਕ ਦਾਇਤਵ ਹਮਕੋ ਦਿਆ ਗਿਆ ਹੈ ਉਹ ਹਮ ਪੂਰੀ ਤਰ੍ਹਾਂ ਸੇ ਨਿਭਾ ਸਕੇ। ਸਰਹੱਦ ਪਾਰੋਂ ਡਰੋਨ ਦੀਆਂ ਵੱਧਦੀਆਂ ਘਟਨਾਵਾਂ ਤੇ ਉਹਨਾਂ ਕਿਹਾ ਕਿ ਇਸ ਨਾਲ ਨਜਿੱਠਣ ਲਈ ਛੇਤੀ ਹੀ ਨਵੀਂ ਤਕਨੀਕ ਲਿਆਂਦੀ ਜਾਵੇਗੀ। ਮੈਂ ਆਪਕੋ ਆਸ਼ਵਸਤ ਕਰਤਾ ਹੂੰ ਕਿ ਜੋ ਵੀ ਲੇਟੈਸਟ ਟੈਕਨੋਲੋਜੀ ਹੋਗੀ ਹਮਨੇ ਕਾਫੀ ਕੁਛ ਟੈਕਨੋਲੋਜੀ ਕੋ ਅਪਣਾਇਆ ਜ਼ਰੂਰ ਹੈ ਔਰ ਇਸੀ ਕੇ ਫਲਸਰੂਪ ਟੈਕਨੋਲੋਜੀ ਪਲੱਸ ਜੋ ਹਮਾਰੇ ਜਵਾਨ ਬਾਰਡਰਸ ਪਰ ਮੁਸਤੈਦ ਚੁਸਤ ਹੈ ਦੋਨੋਂ ਕੇ ਮਿਲਾਨ ਸੇ ਇਹ ਸੰਭਵ ਹੋ ਪਾ ਰਹਾ ਹੈ ਜੋ ਕਿ ਆਪ ਰਿਜ਼ਲਟਸ ਕੁਛ ਸਮੇਂ ਸੇ ਦੇਖ ਰਹੇ ਹੈ। ਪੰਕਜ ਕੁਮਾਰ ਸਿੰਘ ਨੇ ਕਿਹਾ ਕਿ ਬਲ ਦੇ ਜਵਾਨਾਂ ਵੱਲੋਂ ਇਸ ਸਾਲ 17 ਡਰੋਨ ਡੇਗੇ ਗਏ ਨੇ। ਸ਼ਿਸ਼ੂ ਸ਼ਰਮਾ ਸ਼ਾਂਤਲ, ਦੂਰਦਰਸ਼ਨ ਸਮਾਚਾਰ, ਅੰਮ੍ਰਿਤਸਰ।